ਮੇਥੀ ਦੇ ਪਕੌੜੇ ਬਣਾਉਣ ਦੇ ਲਈ ਅਸੀਂ 100 ਗ੍ਰਾਮ ਮੇਥੀ ਲਈ ਹੈ ਅਤੇ ਮੇਥੀ ਨੂੰ ਅਸੀਂ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲਿਆ, ਸਾਫ਼ ਕਰਕੇ ਧੋ ਕੇ ਅਤੇ ਅਸੀਂ ਇਸਨੂੰ ਕੱਟ ਲਿਆ ਵਾ, ਬਿਲਕੁਲ ਬਾਰੀਕ ਜਿਹੜੀ ਅਸੀਂ ਕੱਟ ਕੇ ਤਿਆਰ ਕਰਨੀ ਹੈ। ਅਤੇ ਹੁਣ ਅਸੀਂ ਇਸਨੂੰ ਥੋੜ੍ਹਾ ਜਿਹਾ ਭੁੰਨ ਲਵਾਂਗੇ ਤਾਂ ਕਿ ਇਹਦੇ ਵਿੱਚ, ਕਿਉਂਕਿ ਮੇਥੀ ਕੌੜੀ ਹੁੰਦੀ ਹੈ ਥੋੜ੍ਹੀ ਜਿਹੀ, ਇਸ ਲਈ ਅਸੀਂ ਇਹਦੇ ਵਿੱਚ ਕੜਵਾਪਣ ਖਤਮ ਕਰਨ ਦੇ ਲਈ ਇਸਨੂੰ ਥੋੜ੍ਹਾ ਜਿਹਾ ਭੁੰਨ ਲਵਾਂਗੇ। ਭੁੰਨਣ ਦੇ ਲਈ ਅਸੀਂ ਇੱਕ ਕੜਾਹੀ ਲਈ ਹੈ, ਕੜਾਹੀ ਦੇ ਵਿੱਚ ਅਸੀਂ 1 ਚਮਚ ਜਿਹੜਾ ਅਸੀਂ ਓਇਲ ਲੈ ਲਿਆ ਵਾ, ਅਤੇ ਓਇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ, ਅਤੇ ਇਹਦੇ ਵਿੱਚ ਅਸੀਂ 1/2 ਚਮਚ ਜਿਹੜਾ ਅਸੀਂ ਸਾਬਤ ਜੀਰਾ ਐਡ ਕਰਾਂਗੇ, ਅਤੇ ਜੀਰੇ ਨੂੰ ਅਸੀਂ ਚੰਗੀ ਤਰ੍ਹਾਂ ਪਹਿਲਾਂ ਭੁੰਨ ਲੈਣਾ ਵਾ, ਜੀਰਾ ਸਾਡਾ ਭੁੰਨ ਚੁੱਕਾ ਚੰਗੀ ਤਰ੍ਹਾਂ। ਅਤੇ ਹੁਣ ਅਸੀਂ ਇਹਦੇ ਵਿੱਚ ਜਿਹੜੀ ਮੇਥੀ ਲਈ ਸੀ ਕੱਟ ਕੇ ਅਸੀਂ ਇਸਨੂੰ ਪਾ ਦੇਣਾ ਵਾ, ਅਤੇ ਮੇਥੀ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਵਾ ਤਾਂ ਕਿ ਜਿਹੜਾ ਕੜੱਤਣ ਹੁੰਦੀ ਹੈ ਮੇਥੀ 'ਚ ਉਹ ਖਤਮ ਹੋ ਜਾਵੇ। ਸਿਰਫ ਅਸੀਂ 2 ਮਿੰਟ ਹੀ ਭੁੰਨਣੀ ਹੈ ਬਸ ਮੇਥੀ ਨੂੰ। ਇੱਕ ਚਮਚ ਜਿਹੜਾ ਨਿੰਬੂ ਦਾ ਰਸ ਪਾ ਦੇਵਾਂਗੇ, ਇਹਦੇ ਨਾਲ ਜਿਹੜਾ ਸਾਡੇ ਮੇਥੀ ਦੇ ਜਿਹੜੇ ਅਸੀਂ ਪਕੌੜੇ ਬਣਾਵਾਂਗੇ ਉਹ ਬਿਲਕੁਲ ਪਕੌੜੇ ਨਹੀਂ ਬਣਨਗੇ, ਅਤੇ ਬਹੁਤ ਵਧੀਆ ਜਿਹੜਾ ਟੇਸਟ ਫਲੇਵਰ ਨਿੰਬੂ ਦਾ ਚਟਪਟੇ ਜਿਹੜੇ ਬਣ ਕੇ ਖੱਟੇ ਖੱਟੇ ਸਾਡੇ ਪਕੌੜੇ ਤਿਆਰ ਹੋਣਗੇ। ਅਤੇ ਹੁਣ ਅਸੀਂ ਇਸਨੂੰ ਮੇਥੀ ਨੂੰ ਠੰਡਾ ਹੋਣ ਦੇਵਾਂਗੇ, ਅਤੇ ਉਦੋਂ ਤੱਕ ਅਸੀਂ ਜਿਹੜਾ ਪਕੌੜਿਆਂ ਦਾ ਬੈਟਰ ਹੈ ਉਹ ਬਣਾ ਕੇ ਤਿਆਰ ਕਰ ਲੈਂਦੇ ਬੇਸਣ ਦਾ। ਮਿਕਸਿੰਗ ਬੋਲ ਦੇ ਵਿੱਚ ਅਸੀਂ 1 ਕਟੋਰੀ ਜਿਹੜੀ ਬੇਸਣ ਲਿਆ ਵਾ, ਵੇਟ ਦੇ ਵਿੱਚ 100 ਗ੍ਰਾਮ ਬੇਸਣ ਆ। ਅਤੇ ਹੁਣ ਅਸੀਂ ਬੇਸਣ ਨੂੰ ਚੰਗੀ ਤਰ੍ਹਾਂ ਜਿਹੜਾ ਮੈਸ਼ਰ ਦੇ ਨਾਲ ਜਿਹੜਾ ਮੈਸ਼ ਕਰ ਲੈਣਾ, ਟੇਸਟ ਦੇ ਅਕੋਰਡਿੰਗ ਜਿਹੜਾ ਅਸੀਂ ਨਮਕ ਲੈ ਰਹੇ ਹਾਂ, ਤੁਸੀਂ ਨਮਕ ਆਪਣੇ ਟੇਸਟ ਦੇ ਅਕੋਰਡਿੰਗ ਲੈ ਸਕਦੇ। ਮੈਂ 1/2 ਚਮਚ ਜਿਹੜਾ ਨਮਕ ਲਿਆ ਵਾ, ਅਤੇ ਚਮਚ ਦਾ 4ਵਾਂ ਹਿੱਸਾ ਜਿਹੜਾ ਹਲਦੀ ਲਿਆ ਵਾ, ਹਲਦੀ ਦੇ ਨਾਲ ਜਿਹੜਾ ਕਲਰ ਬਹੁਤ ਵਧੀਆ ਆਏਗਾ ਕੌੜਿਆਂ ਦੇ ਵਿੱਚ। ਚਮਚ ਦਾ 4ਵਾਂ ਹਿੱਸਾ ਜਿਹੜਾ ਅਸੀਂ ਲਾਲ ਮਿਰਚ ਪਾਊਡਰ ਲਿਆ ਵਾ, ਅਤੇ ਹੁਣ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਾ, ਬਾਕੀ ਮਸਾਲੇ ਜਿਹੜੇ ਅਸੀਂ ਬਾਅਦ ਵਿੱਚ ਪਾਵਾਂਗੇ। ਹੁਣ ਅਸੀਂ ਚੰਗੀ ਤਰ੍ਹਾਂ ਬੇਸਣ ਨੂੰ ਜਿਹੜਾ ਫੈਂਟ ਲੈਣਾ ਵਾ। ਹੁਣ ਅਸੀਂ ਪਾਣੀ ਲਿਆ ਵਾ 1 ਕੱਪ, ਅਤੇ ਅਸੀਂ ਥੋੜ੍ਹਾ ਥੋੜ੍ਹਾ ਬਿਲਕੁਲ ਪਾਣੀ ਪਾ ਕੇ ਅਤੇ ਇਸਨੂੰ ਘੋਲ ਲੈਣਾ ਵਾ ਤਾਂ ਕਿ ਕੋਈ ਵੀ ਜਿਹੜੀ ਲੰਗਸ ਵਗੈਰਾ ਨਾ ਰਹਿਣ, ਜਿੰਨੀ ਸਾਨੂੰ ਜ਼ਰੂਰਤ ਹੋਏਗੀ ਅਸੀਂ ਉਨਾ ਹੀ ਪਾਣੀ ਦੇ ਵਿੱਚ ਐਡ ਕਰਨਾ ਵਾ। ਅਤੇ ਹੁਣ ਸਾਡੀ ਜਿਹੜੀ ਮੇਥੀ ਸੀ ਉਹ ਵੀ ਠੰਡੀ ਹੋ ਚੁੱਕੀ ਹੈ, ਹੁਣ ਅਸੀਂ ਮੇਥੀ ਜਿਹੜੀ ਇਹਦੇ 'ਚ ਐਡ ਕਰ ਦੇਵਾਂਗੇ। ਤੁਸੀਂ ਇੱਥੇ ਮੇਥੀ ਦੀ ਜਗ੍ਹਾ 'ਤੇ ਪਾਲਕ ਵੀ ਲੈ ਸਕਦੇ, ਪਾਲਕ ਕੱਟ ਕੇ ਜਿਹੜੀ ਬਰੀਕ, ਤੁਸੀਂ ਉਹਦੇ ਵੀ ਇਸ ਤਰ੍ਹਾਂ ਪਕੌੜੇ ਜਿਹੜੇ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਜੀ। ਅਤੇ ਥੋੜ੍ਹਾ ਜਿਹਾ ਬਰੀਕ ਕੱਟਿਆ ਹਰਾ ਧਨੀਆ ਅਸੀਂ ਇਹਦੇ ਵਿੱਚ ਐਡ ਕਰ ਦੇਵਾਂਗੇ। 1/2 ਚਮਚ ਅਸੀਂ ਗਰਮ ਮਸਾਲਾ ਇਹ 'ਚ ਐਡ ਕਰਾਂਗੇ। ਅਤੇ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਹੁਣ ਦੇਖੋ ਅਸੀਂ ਪਕੌੜੇ ਬਣਾਉਣ ਦੇ ਲਈ ਅਸੀਂ
ਦੋ ਗਿਲਾਸ ਲਏ ਆ ਅਤੇ ਗਲਾਸ ਨੂੰ ਅਸੀਂ ਚੰਗੀ ਤਰ੍ਹਾਂ ਗਰੀਸ ਕਰ ਲੈਣਾ ਉਹਨਾਂ ਦੇ ਨਾਲ। ਦੇਖੋ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਗਰੀਸ ਕਰ ਲੈਣਾ ਵਾ ਬ੍ਰੱਸ਼ ਦੇ ਨਾਲ, ਚੰਗੀ ਤਰ੍ਹਾਂ ਸਾਰੇ ਸਾਈਡਾਂ 'ਤੇ ਅਸੀਂ ਓਇਲ ਨੂੰ ਫੈਲਾ ਲੈਣਾ। ਦੋਨੇ ਗਲਾਸ ਨੂੰ ਅਸੀਂ ਇਸੇ ਤਰ੍ਹਾਂ ਲੈਣਾ, ਗਰੀਸ ਕਰ ਲੈਣਾ ਓਇਲ ਨਾਲ। ਦੇਖੋ ਅਸੀਂ ਚੰਗੀ ਤਰ੍ਹਾਂ ਗਰੀਸ ਕਰ ਲਿਆ। ਹੁਣ ਅਸੀਂ ਜਿਹੜਾ ਬੈਟਰ ਬਣਾਇਆ ਵਾ ਪਕੌੜਿਆਂ ਦਾ, ਉਸਨੂੰ ਅਸੀਂ ਇਹਦੇ ਵਿੱਚ ਪਾ ਦੇਣਾ ਵਾ। ਅਸੀਂ ਪੂਰੀ ਤਰ੍ਹਾਂ ਨਹੀਂ ਭਰਨਾ ਉੱਤੋਂ ਤੱਕ ਗਲਾਸ ਨੂੰ, ਕਿਉਂਕਿ ਜਦੋਂ ਇਹਨਾਂ ਨੇ ਪੱਕਣਾ ਵਾ ਅਤੇ ਬੈਟਰ ਨੇ ਫੁੱਲ ਜਾਣਾ ਵਾ। ਦੇਖੋ ਅਸੀਂ ਦੋਨਾਂ ਗਲਾਸਾਂ ਵਿੱਚ ਜਿਹੜਾ ਬੈਟਰ ਨੂੰ ਪਾ ਕੇ ਤਿਆਰ ਕਰ ਲਿਆ ਪਕੌੜਿਆਂ ਨੇ, ਅਤੇ ਹੁਣ ਅਸੀਂ ਇਹਨਾਂ ਨੂੰ ਜਿਹੜਾ ਪਕਾ ਲਵਾਂਗੇ। ਦੇਖੋ ਪਾਣੀ ਸਾਡਾ ਗਰਮ ਹੋ ਚੁੱਕਾ ਵਾ, ਅਤੇ ਅਸੀਂ ਹੁਣ ਇਸ ਨੂੰ ਗਲਾਸ ਨੂੰ ਵਿੱਚ ਰੱਖ ਦੇਣਾ ਵਾ, ਅਤੇ ਹੁਣ ਅਸੀਂ ਇਹਨਾਂ ਨੂੰ ਗੈਸ ਦੀ ਫਲੇਮ ਹਾਈ ਦੇ ਉੱਪਰ ਜਿਹੜਾ 10 ਤੋਂ 15 ਮਿੰਟ ਜਿਹੜਾ ਅਸੀਂ ਇਹਨਾਂ ਨੂੰ ਢੱਕ ਕੇ ਜਿਹੜਾ ਪਕਾਵਾਂਗੇ। ਦੇਖੋ 15 ਮਿੰਟ ਹੋ ਚੁੱਕੇ ਆ, ਅਤੇ ਸਾਡਾ ਜਿਹੜਾ ਪਕੌੜਿਆਂ ਦਾ ਜਿਹੜਾ ਅਸੀਂ ਬੈਟਰ ਪਾ ਕੇ ਰੱਖਿਆ ਸੀ ਪਾਣੀ ਵਿੱਚ ਗਲਾਸਾਂ ਵਿੱਚ ਪਾ ਕੇ, ਅਤੇ ਬਿਲਕੁਲ ਫੁੱਲ ਕੇ ਕਿੰਨਾ ਹੋ ਗਿਆ ਵਾ, ਅਤੇ ਸਾਡਾ ਬਣ ਕੇ ਬਿਲਕੁਲ ਤਿਆਰ ਹੈ ਪਕੌੜਿਆਂ ਦਾ। ਅਤੇ ਹੁਣ ਅਸੀਂ ਇਹਨਾਂ ਨੂੰ ਜਿਹੜਾ ਬਾਹਰ ਕੱਢ ਲਾਂਗੇ ਗਲਾਸਾਂ ਨੂੰ, ਅਤੇ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਠੰਡਾ ਹੋਣ ਦੇਵਾਂਗੇ। ਠੰਡਾ ਹੋਣ ਤੋਂ ਬਾਅਦ ਅਸੀਂ ਜਿਹੜੇ ਗਲਾਸ ਵਿੱਚੋਂ ਆਸਾਨੀ ਦੇ ਨਾਲ ਬਾਹਰ ਨਿਕਲ ਆਏਗਾ ਸਾਡਾ, ਅਤੇ ਹੁਣ ਅਸੀਂ ਇਹਨਾਂ ਨੂੰ ਠੰਡਾ ਕਰ ਲੈਂਦੇ ਹਾਂ। ਦੇਖੋ ਹੁਣ ਬਿਲਕੁਲ ਠੰਡਾ ਹੋ ਚੁੱਕਾ ਸਾਡਾ, ਹੁਣ ਅਸੀਂ ਇਸ ਨੂੰ ਹਲਕਾ ਜਿਹੜਾ ਨਾਈਫ ਦੇ ਨਾਲ ਜਿਹੜਾ ਕਿਨਾਰਿਆਂ ਨੂੰ ਹਿਲਾ ਲੈਣਾ ਵਾ, ਦੋਨਾਂ ਸਾਈਡਾਂ ਦੋਨਾਂ ਗਲਾਸਾਂ ਨੂੰ ਅਸੀਂ ਇਸੇ ਤਰ੍ਹਾਂ ਕਰ ਲੈਣਾ, ਅਤੇ ਪਲੇਟ ਦੇ ਉੱਪਰ ਅਸੀਂ ਜਿਹੜਾ ਹਲਕਾ ਜਿਹਾ ਥਪਥ ਪਾਉਣਾ। ਅਤੇ ਦੇਖੋ ਸਾਡਾ ਜਿਹੜਾ ਬਣ ਕੇ ਬਿਲਕੁਲ ਤਿਆਰ ਆ ਪਕੌੜਿਆਂ ਦਾ, ਹਲਕਾ ਜਿਹਾ ਅਸੀਂ ਇਸਨੂੰ ਦਬਾ ਦੇਣਾ। ਦੇਖੋ ਸਾਡਾ ਨਾਸ਼ਤਾ ਬਣ ਕੇ ਬਿਲਕੁਲ ਤਿਆਰ ਆ, ਅਤੇ ਹੁਣ ਅਸੀਂ ਨਾਈਫ ਲੈਣਾ, ਸ਼ਾਰਪ ਨਾਈਫ ਲੈਣਾ ਵਾ, ਅਤੇ ਅਸੀਂ ਇਹਨਾਂ ਪਕੌੜਿਆਂ ਦੀ ਕਟਿੰਗ ਕਰ ਲਾਂਗੇ। ਦੇਖੋ ਅਸੀਂ ਸਾਰੇ ਪੀਸ ਜਿਹੜੇ ਕੱਟ ਲਏ ਆਪਣੇ, ਹੁਣ ਅਸੀਂ ਇਹਨਾਂ ਨੂੰ ਫਰਾਈ ਕਰ ਲੈਂਦੇ ਹਾਂ। ਹੁਣ ਦੇਖੋ ਓਇਲ ਸਾਡਾ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਵਾ, ਅਤੇ ਹੁਣ ਅਸੀਂ ਇੱਕ ਇੱਕ ਪੀਸ ਉਠਾਵਾਂਗੇ ਅਤੇ ਇਹਨਾਂ ਨੂੰ ਅਸੀਂ ਓਇਲ ਦੇ ਵਿੱਚ ਜਿਹੜਾ ਫਰਾਈ ਕਰ ਲੈਣਾ। ਲਓ ਜੀ, ਸਾਡੇ ਮੇਥੀ ਦੇ ਪਕੌੜੇ ਬਣ ਕੇ ਬਿਲਕੁਲ ਤਿਆਰ ਨੇ, ਬਹੁਤ ਹੀ ਟੇਸਟੀ ਅਤੇ ਹੈਲਦੀ ਪਕੌੜੇ ਬਣ ਕੇ ਤਿਆਰ ਹੋਏ ਆ, ਕਿਉਂਕਿ ਮੇਥੀ ਖਾਣਾ ਸਾਡੀ ਸਿਹਤ ਲਈ ਵੈਸੇ ਵੀ ਬਹੁਤ ਵਧੀਆ ਹੁੰਦਾ ਵਾ, ਅਤੇ ਬੜੀ ਤੁਸੀਂ ਆਸਾਨੀ ਦੇ ਨਾਲ ਹੀ ਜਿਹੜੇ ਘਰ ਵਿੱਚ ਬਣਾ ਕੇ ਤੁਸੀਂ ਬਹੁਤ ਟੇਸਟੀ ਦੇ ਪਕੌੜੇ ਬਣਾ ਕੇ ਤਿਆਰ ਕਰ ਸਕਦੇ ਜੀ।
ਤੇ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਤੇ ਕਮੈਂਟ ਬੋਕਸ ਦੱਸਣਾ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ। ਜੇਕਰ ਰੈਸਪੀ ਪਸੰਦ ਆਈ ਤਾਂ ਵੱਧ ਤੋਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਨਾਲ ਨਾਲ ਦੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਿਹੜੀ ਵੀ ਸਾਡੀ ਨਵੀਂ ਵੀਡੀਓ ਆਵੇ ਉਸਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਤਾਂ ਫਿਰ ਮਿਲਾਂਗੇ ਇਸ ਤਰ੍ਹਾਂ ਦੀ ਨਵੀਂ ਚੀਜ਼ ਡਿਲੀਸ਼ੀਅਸ ਦੀ ਰੈਸਪੀ ਦੇ ਨਾਲ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।